ਤਾਂ ਵੀ ਜਿਹੜਾ ਪੁਰਤਵਾਰ ਸਾਹਿਬ ਹਰਮੰਦਰ ਸਾਹਿਬ ਹੈ ਉਹ ਉਹਨਾਂ ਨੂੰ ਇਮਾਰਤ ਦੱਸਿਆ ਗਿਆ ਕਿਤੇ ਤੁਸੀਂ ਦੇਖੋ ਸਿੱਖ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਇਮਾਰਤ ਨਹੀਂ ਹੈ ਕੋਈ ਵੀ ਗੁਰਦਵਾਰਾ ਸਾਹਿਬ ਭਾਵੇਂ ਪਿੰਡ ਦਾ ਗੁਰਦੁਆਰਾ ਹੈ ਸਿੱਖ ਵਾਸਤੇ ਉਹ ਇਮਾਰਤ ਨਹੀਂ ਹੈ ਗੁਰਦੁਆਰਾ ਸਿੱਖ ਧਰਮ ਦਾ ਇੱਕ ਸੱਚਾ ਤੇ ਸੁੱਚਾ ਸੰਕਲਪ ਹੈ ਤੇ ਰਹੀ ਗੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸ੍ਰੀ ਹਰਿਮੰਦਰ ਸਾਹਿਬ ਜੀ ਸਿੱਖ ਦੀ ਜ਼ਿੰਦਗੀ ਹੈ ਸਿੱਖ ਦੀ ਜਾਨ ਹੈ ਸਿੱਖ ਦਾ ਦਿਲ ਹੈ ਸਿੱਖ ਦਾ ਸਭ ਕੁਝ ਹੈ ਮੈਨੂੰ ਲੱਗਦਾ ਹੈ ਕਿ ਇਹ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਦੇ ਵਿੱਚ ਇਹ ਗੱਲ ਜਿਹੜੀ ਹੈ ਕਿਸੇ ਸਾਜ਼ਿਸ਼ ਅਧੀਨ ਬਿਠਾਉਣ ਦਾ ਯਤਨ ਹੋ ਰਿਹਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਇਹ ਸਿਰਫ ਇਮਾਰਤਾਂ ਨਹੀਂ ਤਾਂ ਕਿ ਵਿਖਦੇ ਵਿੱਚ ਜੇ ਕਿਤੇ ਕੋਈ ਵਿਰੋਧੀ ਜਿਹੜਾ ਹੈ ਕੋਈ ਧਾੜਵੀ ਜਿਹੜਾ ਹੈ ਸ੍ਰੀ ਹਰਮੰਦਰ ਸਾਹਿਬ ਜੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਅਟੈਕ ਕਰਦਾ ਹੈ ਤੇ ਸਿੱਖ ਜਿਹੜੇ ਆ ਅਕ੍ਰੋਚ ਦੇ ਵਿੱਚ ਨਾ ਆਉਣ ਵੀ ਇਹ ਤਾਂ ਇਮਾਰਤਾਂ ਨਹੀਂ ਕੀ ਫਰਕ ਪਿਆ ਹੈਗਾ ਤੇ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਹੈ ਸਟੈਪ ਜਿਹੜਾ ਪਹਿਲੇ ਸਮਿਆਂ ਦੇ ਵਿੱਚ ਸਿੱਖਾਂ ਵੱਲੋਂ ਚੁੱਕਿਆ ਗਿਆ ਜਦੋਂ ਹਮਲੇ ਹੋਏ ਨੇ ਚਾਹੇ ਉਹ ਅਬਦਾਲੀ ਵੱਲੋਂ ਹੋਇਆ ਚਾਹੇ ਉਹ 84 ਦੇ ਵਿੱਚ ਹਮਲਾ ਹੋਇਆ ਹੈ ਇੰਦਰਾ ਸਰਕਾਰ ਵੱਲੋਂ ਹਮਲਾ ਹੋਇਆ ਤੇ ਸਿੱਖ ਅਕ੍ਰੋਸ਼ ਦੇ ਵਿੱਚ ਨਾ ਹੋਣ ਤੇ ਇਹ ਸਿੱਖ ਮਾਨਸਿਕਤਾ ਦੇ ਵਿੱਚ ਇਸ ਸਾਜ਼ਿਸ਼ ਅਧੀਨ ਮੈਨੂੰ ਯਾਦਦਾ ਹੈ ਕਿ ਇਹ ਬਿਠਾਇਆ ਜਾ ਰਿਹਾ ਵੀ ਇਹ ਤਾਂ ਸਿਰਫ ਇੱਕ ਇਮਾਰਤ ਹੈ ਇਮਾਰਤ ਨਹੀਂ ਹੈ ਸਿੱਖ ਦਾ ਸਭ ਕੁਝ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ